ਜੰਮੂ ਬਾਰਡਰ ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਦੇ ਵਿੱਚ ਅੱਜ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਬੇਹੱਦ ਮਦਭਾਗੀ ਖਬਰ ਇਹ ਸਾਹਮਣੇ ਆਈ ਹੈ ਅੱਜ ਸਵੇਰੇ ਕਿ ਜਿੱਥੇ ਕਿਸਾਨ ਅੰਦੋਲਨ ਦੇ ਵਿੱਚ ਹੁਣ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਹੈ ਕਿ 13 ਫਰਵਰੀ ਤੋਂ ਇਹ ਕਿਸਾਨ ਲਗਾਤਾਰ ਧਰਨੇ ਦੇ ਵਿੱਚ ਡਟਿਆ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਬੀਤੇ ਦਿਨਾਂ ਅਚਾਨਕ ਹੀ ਇਸਦੀ ਜਦੋਂ ਤਬੀਅਤ ਖਰਾਬ ਹੁੰਦੀ ਹੈ ਤਾਂ ਇਸਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਪਰ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਇਸ ਕਿਸਾਨ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਮਦਭਾਗੀ ਖਬਰ ਸ਼ੰਭੂ ਬਾਰਡਰ ਤੋਂ ਆਈ ਹੈ ਜਿੱਥੇ ਇੱਕ ਹੋਰ ਕਿਸਾਨ ਨੇ ਦਮ ਤੋੜ ਦਿੱਤਾ ਹੈ। ਤਾਂ ਦੱਸ ਦਈਏ ਕਿ ਜਦੋਂ ਤੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੀ ਹੁਣ ਤੱਕ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਤਾਂ ਦੱਸ ਦਈਏ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ, ਪਰ ਇਸੇ ਦੇ ਦੌਰਾਨ ਹੁਣ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਤਾਂ ਕਿਹਾ ਜਾ ਰਿਹਾ ਕਿ ਸਿਰਫ 1 ਕਿੱਲਾ ਹੀ ਇਸ ਕਿਸਾਨ ਦੇ ਕੋਲ ਸੀ ਜਿਸ ਦੇ ਨਾਲ ਇਹ ਆਪਣਾ ਪਰਿਵਾਰ ਪਾਲਦਾ ਸੀ, ਪਰ ਹੁਣ ਇਸ ਕਿਸਾਨ ਦੀ ਵੀ ਕਿਹਾ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ। ਤਾਂ ਦੂਜੇ ਪਾਸੇ ਹੁਣ ਕਿਸਾਨਾਂ ਦੇ ਵੱਲੋਂ ਲਗਾਤਾਰ ਹੁਣ ਪਰਿਵਾਰ ਦੀ ਮਦਦ ਦੀ ਗੁਹਾਰ ਜੋ ਹੈ ਲਗਾਈ ਜਾ ਰਹੀ ਹੈ। ਤਾਂ ਸ਼ੰਭੂ ਬਾਰਡਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਅਚਾਨਕ ਹੀ ਇਸ ਕਿਸਾਨ ਦੀ ਤਬੀਅਤ ਖਰਾਬ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਤਾਂ ਉੱਥੇ ਕਿਹਾ ਜਾ ਰਿਹਾ ਕਿ ਇਲਾਜ ਦੇ ਦੌਰਾਨ ਇਸ ਕਿਸਾਨ ਦੀ ਮੌਤ ਹੋਈ ਹੈ। ਇਹ ਕਿਸਾਨ ਕ੍ਰਿਸ਼ਨ ਸਿੰਘ ਸੀਗਾ ਜੀ, ਜਿਹੜੇ ਲਗਾਤਾਰ ਹੀ ਸਾਡੇ ਇੱਥੇ ਸ਼ੰਭੂ ਬੈਰੀਅਰ ਦੇ ਉੱਤੇ 13 ਫਰਵਰੀ ਤੋਂ ਸਾਡੇ ਨਾਲ ਡਟੇ ਹੋਏ ਸੀਗੇ ਔਰ ਇਹਨਾਂ ਦੀ 75 ਸਾਲ ਦੀ ਤਕਰੀਬਨ ਉਮਰ ਆ, 1 ਕਿੱਲੇ ਜ਼ਮੀਨ ਦੀ ਮਾਲਕੀ ਹੈ ਇਹਨਾਂ ਦੀ। ਔਰ ਅੱਜ ਜਿਹੜੀ ਇਹਨਾਂ ਦੀ ਸਵੇਰੇ ਤੜਕਸਾਰ ਇੱਕ ਇਹਨਾਂ ਨੂੰ ਪ੍ਰੋਬਲਮ ਆਈ, ਅਸੀਂ ਉਸ ਟਾਈਮ ਲੈ ਕੇ ਉੱਥੋਂ ਇਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਇੱਥੇ ਰਾਜਪੁਰਾ ਹੋਸਪਿਟਲ ਦੇ ਵਿੱਚ ਸਰਕਾਰੀ 'ਚ ਪਹੁੰਚੇ ਹਾਂ। ਪਰ ਇੱਥੇ ਚੈੱਕਅਪ ਦੇ ਦੌਰਾਨ ਜਦੋਂ ਸਾਨੂੰ ਡਾਕਟਰਾਂ ਨੇ ਦੱਸਿਆ, ਉਹ ਕਹਿੰਦੇ ਵੀ ਇਹਨਾਂ ਦੀ ਡੈਥ ਹੋ ਚੁੱਕੀ ਆ। ਇਹ ਜਿਹੜਾ ਕਾਰਨ ਬਣਿਆ ਤਕਰੀਬਨ ਜੋ 13 ਤਰੀਕ ਤੋਂ ਲਗਾਤਾਰ ਉੱਥੇ ਟੀਆਰ ਗੈਸ ਦੇ ਗੋਲੇ ਜਾਂ ਥਰੂ ਗੈਸ ਦੇ ਗੋਲੇ ਦਾਗੇ ਗਏ ਨੇ। 21 ਤਰੀਕ ਨੂੰ ਵੀ ਵੱਡਾ ਹਮਲਾ ਕੀਤਾ ਗਿਆ ਜਾਂ ਸਰਕਾਰ ਕੰਨਿਓ ਕਿਸਾਨਾਂ ਦੇ ਉੱਤੇ। ਉਦੋਂ ਤੋਂ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਪ੍ਰੋਬਲਮ ਹੋ ਗਈ ਸੀਗੀ ਸਾਹ ਦੀ, ਕਿਉਂਕਿ ਹਰ ਇੱਕ ਤਕਰੀਬਨ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ 'ਤੇ ਦੇਖਿਆ ਵੀ ਕਿੰਨੇ ਉਹ ਜ਼ਹਿਰੀਲੇ ਇਹ ਥਰੂ ਗੈਸ ਦੇ ਗੋਲੇ ਸੀਗੇ ਜਾਂ ਟੀਆਰ ਗੈਸ ਦੇ ਗੋਲੇ ਸੀਗੇ। ਉਹਨਾਂ ਨਾਲ ਪ੍ਰੋਬਲਮ ਥੋੜ੍ਹੀ ਆਈ, ਇਹਨਾਂ ਦੀ ਦਵਾਈ ਵੀ ਚੱਲ ਰਹੀ ਸੀਗੀ, ਪਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਪਿੰਡ ਚਲੇ ਜਾਓ, ਕਹਿੰਦੇ ਨਹੀਂ ਵੀ ਜਦ ਆਪਾਂ ਦਿੱਲੀ ਦਾ ਸੰਘਰਸ਼ ਲੜੇ ਹਾਂ ਤਾਂ ਉਦੋਂ ਵੀ ਇਹ ਲਗਾਤਾਰ ਉੱਥੇ 13 ਮਹੀਨੇ 13 ਦਿਨ ਉੱਥੇ ਰਹਿ ਕੇ ਆਏ ਨੇ। ਕਹਿੰਦੇ ਵੀ ਨਹੀਂ ਆਪਾਂ ਹੱਕ ਲੈਣ ਆਇਆ, ਹੱਕ ਲੈ ਕੇ ਮੁੜਾਂਗੇ। ਪਰ ਅੱਜ ਤੁਹਾਡੇ ਸਾਨੂੰ ਸਵੇਰੇ ਜਦੋਂ ਇਹਨਾਂ ਦੀ ਪ੍ਰੋਬਲਮ ਥੋੜ੍ਹੀ ਜਿਹੀ ਜ਼ਿਆਦਾ ਤਕਲੀਫ ਹੋਈ ਅਤੇ ਨਾਲ ਦੀ ਨਾਲ ਲੈ ਕੇ ਆਏ ਅਤੇ 5 ਵਜੇ ਇਸ ਹੋਸਪਿਟਲ ਦੇ ਵਿੱਚ ਆ ਕੇ ਇਹਨਾਂ ਦੀ ਡੈਥ ਹੋ ਗਈ। ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਦੇ ਵਿੱਚ ਅੱਜ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਬੇਹੱਦ ਮਦਭਾਗੀ ਖਬਰ ਇਹ ਸਾਹਮਣੇ ਆਈ ਹੈ ਅੱਜ ਸਵੇਰੇ ਕਿ ਜਿੱਥੇ ਕਿਸਾਨ ਅੰਦੋਲਨ ਦੇ ਵਿੱਚ ਹੁਣ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਹੈ ਕਿ 13 ਫਰਵਰੀ ਤੋਂ ਇਹ ਕਿਸਾਨ ਲਗਾਤਾਰ ਧਰਨੇ ਦੇ ਵਿੱਚ ਡਟਿਆ ਹੋਇਆ ਸੀ, ਪਰ ਕਿਹਾ ਜਾ ਰਿਹਾ ਕਿ ਬੀਤੇ ਦਿਨਾਂ ਅਚਾਨਕ ਹੀ ਇਸਦੀ ਜਦੋਂ ਤਬੀਅਤ ਖਰਾਬ ਹੁੰਦੀ ਹੈ ਤਾਂ ਇਸਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਪਰ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਇਸ ਕਿਸਾਨ ਦੀ ਮੌਤ ਹੋ ਗਈ ਹੈ। ਤਾਂ ਬੇਹੱਦ ਮਦਭਾਗੀ ਖਬਰ ਸ਼ੰਭੂ ਬਾਰਡਰ ਤੋਂ ਆਈ ਹੈ ਜਿੱਥੇ ਇੱਕ ਹੋਰ ਕਿਸਾਨ ਨੇ ਦਮ ਤੋੜ ਦਿੱਤਾ ਹੈ। ਤਾਂ ਦੱਸ ਦਈਏ ਕਿ ਜਦੋਂ ਤੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੀ ਹੁਣ ਤੱਕ ਕਈ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਤਾਂ ਦੱਸ ਦਈਏ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ, ਪਰ ਇਸੇ ਦੇ ਦੌਰਾਨ ਹੁਣ ਇੱਕ ਹੋਰ ਕਿਸਾਨ ਦੀ ਜਾਨ ਚਲੀ ਗਈ ਹੈ। ਤਾਂ ਕਿਹਾ ਜਾ ਰਿਹਾ ਕਿ ਸਿਰਫ 1 ਕਿੱਲਾ ਹੀ ਇਸ ਕਿਸਾਨ ਦੇ ਕੋਲ ਸੀ
ਜਿਸ ਦੇ ਨਾਲ ਇਹ ਆਪਣਾ ਪਰਿਵਾਰ ਪਾਲਦਾ ਸੀ। ਪਰ ਹੁਣ ਇਸ ਕਿਸਾਨ ਦੀ ਵੀ ਕਿਹਾ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ, ਤਾਂ ਦੂਜੇ ਪਾਸੇ ਹੁਣ ਕਿਸਾਨਾਂ ਦੇ ਵੱਲੋਂ ਲਗਾਤਾਰ ਹੁਣ ਪਰਿਵਾਰ ਦੀ ਮਦਦ ਦੀ ਗੁਹਾਰ ਜੋ ਹੈ ਲਗਾਈ ਜਾ ਰਹੀ ਹੈ। ਤਾਂ ਸ਼ੰਭੂ ਬਾਰਡਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਅਚਾਨਕ ਇਸ ਕਿਸਾਨ ਦੀ ਤਬੀਅਤ ਖਰਾਬ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਇਲਾਜ ਦੇ ਦੌਰਾਨ ਇਸ ਕਿਸਾਨ ਦੀ ਮੌਤ ਹੋਈ ਹੈ। ਇਹ ਕਿਸਾਨ ਬਿਸ਼ਨ ਸਿੰਘ ਸੀਗਾ ਜੀ, ਜਿਹੜੇ ਲਗਾਤਾਰ ਹੀ ਸਾਡੇ ਇੱਥੇ ਸੰਭੂ ਬੈਰੀਅਰ ਦੇ ਉੱਤੇ 13 ਫਰਵਰੀ ਤੋਂ ਸਾਡੇ ਨਾਲ ਡਟੇ ਰਹੇ ਸੀਗੇ। ਔਰ ਇਹਨਾਂ ਦੀ 75 ਸਾਲ ਦੀ ਤਕਰੀਬਨ ਉਮਰ ਆ, 1 ਕਿੱਲੇ ਜ਼ਮੀਨ ਦੀ ਮਾਲਕੀ ਹੈ ਇਹਨਾਂ ਦੀ। ਔਰ ਅੱਜ ਜਿਹੜੀ ਇਹਨਾਂ ਦੀ ਸਵੇਰੇ ਤੜਕਸਾਰ ਇੱਕ ਇਹਨਾਂ ਨੂੰ ਪ੍ਰੋਬਲਮ ਆਈ, ਅਸੀਂ ਉਸ ਟਾਈਮ ਲੈ ਕੇ ਉੱਥੋਂ ਇਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਇੱਥੇ ਰਾਜਪੁਰਾ ਹੋਸਪਿਟਲ ਦੇ ਵਿੱਚ ਸਰਕਾਰੀ 'ਚ ਪਹੁੰਚੇ ਹਾਂ। ਪਰ ਇੱਥੇ ਚੈੱਕਅਪ ਦੇ ਦੌਰਾਨ ਜਦੋਂ ਸਾਨੂੰ ਡਾਕਟਰਾਂ ਨੇ ਦੱਸਿਆ, ਉਹ ਕਹਿੰਦੇ ਵੀ ਇਹਨਾਂ ਦੀ ਡੈੱਥ ਹੋ ਚੁੱਕੀ ਆ। ਇਹ ਜਿਹੜਾ ਕਾਰਨ ਬਣਿਆ, ਤਕਰੀਬਨ ਜੋ 13 ਤਰੀਕ ਤੋਂ ਲਗਾਤਾਰ ਉੱਥੇ ਟੀਅਰ ਗੈਸ ਦੇ ਗੋਲੇ ਜਾਂ ਥਰੂ ਗੈਸ ਦੇ ਗੋਲੇ ਦਾਗੇ ਗਏ ਨੇ। 21 ਤਰੀਕ ਨੂੰ ਵੀ ਵੱਡਾ ਹਮਲਾ ਕੀਤਾ ਗਿਆ ਜਾਂ ਸਰਕਾਰ ਕੰਨੀਓ ਕਿਸਾਨਾਂ ਦੇ ਉੱਤੇ। ਉਦੋਂ ਤੋਂ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਪ੍ਰੋਬਲਮ ਹੋ ਗਈ ਸੀਗੀ ਸਾਹ ਦੀ, ਕਿਉਂਕਿ ਹਰ ਇੱਕ ਤਕਰੀਬਨ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ 'ਤੇ ਦੇਖਿਆ ਵੀ ਕਿੰਨੇ ਉਹ ਜ਼ਹਿਰੀਲੇ ਇਹ ਥਰੂ ਗੈਸ ਦੇ ਗੋਲੇ ਸੀਗੇ ਜਾਂ ਟੀਅਰ ਗੈਸ ਦੇ ਗੋਲੇ ਸੀਗੇ। ਉਹਨਾਂ ਨਾਲ ਪ੍ਰੋਬਲਮ ਥੋੜ੍ਹੀ ਆਈ, ਇਹਨਾਂ ਦੀ ਦਵਾਈ ਵੀ ਚੱਲ ਰਹੀ ਸੀਗੀ, ਪਰ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਪਿੰਡ ਚਲੇ ਜਾਓ। ਕਹਿੰਦੇ ਨਹੀਂ, ਵੀ ਜਦ ਆਪਾਂ ਦਿੱਲੀ ਦਾ ਸੰਘਰਸ਼ ਲੜੇ ਹਾਂ ਤਾਂ ਉਦੋਂ ਵੀ ਇਹ ਲਗਾਤਾਰ ਉੱਥੇ 13 ਮਹੀਨੇ 13 ਦਿਨ ਉੱਥੇ ਰਹਿ ਕੇ ਆਏ ਨੇ। ਕਹਿੰਦੇ ਵੀ ਨਹੀਂ, ਆਪਾਂ ਹੱਕ ਲੈਣ ਆਇਆ, ਹੱਕ ਲੈ ਕੇ ਮੁੜਾਂਗੇ। ਪਰ ਅੱਜ ਤੁਹਾਡੇ ਸਾਨੂੰ ਸਵੇਰੇ ਜਦੋਂ ਇਹਨਾਂ ਦੀ ਪ੍ਰੋਬਲਮ ਥੋੜ੍ਹੀ ਜਿਹੀ ਜ਼ਿਆਦਾ ਤਕਲੀਫ ਹੋਈ ਅਤੇ ਨਾਲ ਦੀ ਨਾਲ ਲੈ ਕੇ ਆਏ, ਅਤੇ 5 ਵਜੇ ਇਸ ਹੋਸਪਿਟਲ ਦੇ ਵਿੱਚ ਆ ਕੇ ਇਹਨਾਂ ਦੀ ਡੈੱਥ ਹੋ ਗਈ।